सर बैठ ब्राह्मण जम सी की आइए वचन विच चलते हैं। वचन दे विच इस तरह कि परमेश्वर का वचन कहता है कि चिंता ना करो, फिकर ना करो। फिलिपिया चैप्टर चार जो वचन दे विच देखते हैं, चार चैप्टर दे विच छे आयत दे विच किसी गल की चिंता ना करो, सगो हर गल विच ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ਵਰ ਦੇ ਅੱਗੇ ਕੀਤੀਆਂ ਜਾਣ। ਅਸੀਂ ਦੇਖਦੇ ਹਾਂ ਜੋ ਵਚਨ ਪੜਿਆ ਆ ਪੌਲੁਸ ਰਸੂਲ ਜਿਹੜਾ ਫਿਲੀਪੀਆਂ ਦੀ ਕਲੀਸਿਆ ਨੂੰ ਕਹਿੰਦਾ ਕਿ ਤੁਸੀਂ ਫਿਕਰ ਨਾ ਕਰੋ, ਤੁਸੀਂ ਚਿੰਤਾ ਨਾ ਕਰੋ। ਸਿਰਫ ਪੌਲੁਸ ਹੀ ਨਹੀਂ ਕਹਿੰਦਾ ਹੈਗਾ, ਪਰ ਵਚਨ ਦੇ ਵਿੱਚ ਅਸੀਂ ਇਹ ਦੇਖਦੇ ਹਾਂ, ਮਤੀ ਚੈਪਟਰ 6 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦਾ ਪੁੱਤਰ ਜਿਹੜਾ ਯੀਸ਼ੂ ਮਸੀਹ ਵੀ ਕਹਿੰਦੇ ਆ कि तुसी को फिकर ना करो, तुसी को चिंता ना करो, मैं तुहाडे नाल हां। अपने गमां नूं अपनी परेशानियां नूं मैनूं दे दो। असीं पढ़दे हां मत्ती दी अंजील चैप्टर 6 जदों ओहदे असीं देखदे हां आयत नूं 25 नूं ते लिखिया होया, इस करके मैं तुहानूं आखदा हां जो अपने प्राणा दे लई चिंता ना करो भाई असीं की खावांगे जां की पीवांगे, अते ना अपने शरीर दे ले जो कि पहनांगे। पला प्राण भोजन नालों अते शरीर वस्त्र नालों वधीक नहीं। हालेलुया, प्रेज द लॉर्ड जीसस, तेरा धन्यवाद करते हैं। सानू यीशु मसीह उत्ते विश्वास करना चाहिए है, यीशु मसीह उत्ते विश्वास करना चाहिए है। क्यों? क्योंकि वह साडी देखभाल करता है, वह साडी फिक्र करता है, वह साडी चिंता करता है। ਸਾਡਾ ਯੀਸ਼ੂ ਮਸੀਹ ਕਹਿੰਦਾ ਆ ਕਿ ਮੇਰੇ ਤੇ ਜਿਹੜਾ ਵਿਸ਼ਵਾਸ ਕਰਦਾ ਹੈ ਉਹ ਕਦੇ ਲੱਜਵਾਨ ਨਾ ਹੋਵੇਗਾ, ਕਿਉਂਕਿ ਯੀਸ਼ੂ ਮਸੀਹ ਦੇ ਵਚਨ 'ਚ ਲਿਖਿਆ ਆ ਕਿ ਹਰ ਗੱਲ ਦੇ ਵਿੱਚ ਤੁਸੀਂ ਚਿੰਤਾ ਨਾ ਕਰੋ, ਜੋ ਵੀ ਤੁਹਾਡੀ ਪਰੇਸ਼ਾਨੀ ਆ, ਜੋ ਵੀ ਮੁਸ਼ਕਲ ਆ, ਮੇਰੇ ਉੱਤੇ ਸੁੱਖ ਦਿਓ। ਮੈਂ ਤੁਹਾਡਾ ਸਵਰਗੀ ਪਿਤਾ ਆ, ਤੁਹਾਡੀਆਂ ਜ਼ਰੂਰਤਾਂ ਨੂੰ, ਤੁਹਾਡੀਆਂ ਚਿੰਤਾ ਨੂੰ ਮੈਂ ਜਾਣਦਾ ਆ। ਕਿਉਂਕਿ ਪਰਮੇਸ਼ਵਰ ਕਹਿੰਦੇ ਜੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਚਿੰਤਾ ਆ ਵੀ ਗਈ ਹੈ, ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਪਰੇਸ਼ਾਨੀ ਆ ਵੀ ਗਈ ਆ, ਤਾਂ ਮੈਨੂੰ ਦੇ ਦਿਓ। ਮੈਂ ਤੁਹਾਡਾ ਪਰਮੇਸ਼ਰ ਆ। ਉਹ ਵਚਨ ਦੇ ਵਿੱਚ ਹਮੇਸ਼ਾ ਲਿਖਿਆ ਹੋਇਆ ਆ ਆਇਜ਼ਿਆ ਦੇ ਵਿੱਚ, ਨਾ ਡਰ ਨਾ ਘਬਰ, ਮੈਂ ਤੇਰਾ ਪਰਮੇਸ਼ਰ ਆ। ਸਾਨੂੰ ਫਿਕਰ ਨਹੀਂ ਕਰਨਾ ਚਾਹੀਦਾ, ਸਾਨੂੰ ਡਰਨਾ ਨਹੀਂ ਚਾਹੀਦਾ ਕਿ ਆਹ ਮੁਸ਼ਕਲ ਆ ਗਈ ਆ, ਹੁਣ ਮੇਰੇ ਤੇ ਆਹ ਪ੍ਰੋਬਲਮ ਆ ਗਈ ਆ। ਸਾਨੂੰ ਘਾਬਰਨਾ ਨਹੀਂ ਚਾਹੀਦਾ, ਕਿਉਂਕਿ 365 ਦਿਨ ਸਾਡੇ ਯੀਸ਼ੂ ਮਸੀਹ ਨੇ ਸਾਨੂੰ ਕਿਹਾ ਹੋਇਆ ਆ ਕਿ ਨਾ ਡਰ ਨਾ ਘਾਬਰ। ਜਦੋਂ ਵੀ ਅਸੀਂ ਸਵੇਰ ਨੂੰ ਉੱਠੀਏ, ਅਸੀਂ ਉਸ ਵਾਅਦੇ ਨੂੰ ਯਾਦ ਕਰੀਏ, ਉਸ ਵਾਅਦੇ ਨੂੰ, ਉਸ ਪ੍ਰੋਮਿਸ ਨੂੰ ਯਾਦ ਕਰੀਏ ਕਿ ਯੀਸ਼ੂ ਮਸੀਹ ਨੇ ਇਹ ਮੈਨੂੰ ਕਿਹਾ ਹੋਇਆ, ਨਾ ਡਰ। ਕਿਉਂ? ਕਿਉਂਕਿ ਉਹ ਸਾਡਾ ਪਿਤਾ ਹੈ, ਸਾਡਾ ਪਿਤਾ ਹੈ, ਉਹਨੇ ਸਾਡੇ ਨਾਲ ਵਾਅਦਾ ਕੀਤਾ ਹੋਇਆ। ਉਹਨੇ ਆਪਣੇ ਪੁੱਤਰ ਨੂੰ ਵੇਚ ਕੇ ਸਾਨੂੰ ਮੁੱਲ ਲੈ ਲਿਆ, ਉਹਨੇ ਖਰੀਦ ਲਿਆ ਸਾਨੂੰ ਸ਼ੈਤਾਨ ਦੇ ਹੱਥੋਂ। ਉਹਨੇ ਵਾਅਦੇ ਕੀਤੇ ਹੋਏ ਆ, ਉਹ ਵਾਅਦਿਆਂ ਦਾ ਪੱਕਾ ਤੇ ਸੱਚਾ ਪਰਮੇਸ਼ਰ ਆ। ਕਿਉਂਕਿ ਵਚਨ 'ਚ ਲਿਖਿਆ ਹੋਇਆ ਆ ਕਿ ਤੁਸੀਂ ਚਿੰਤਾ ਨਾ ਕਰੋ, ਫਿਕਰ ਨਾ ਕਰੋ, ਮੈਂ ਤੁਹਾਡਾ ਸਵਰਗੀ ਪਿਤਾ ਤੁਹਾਡੀ ਚਿੰਤਾ ਕਰਦਾ ਆ, ਤੁਹਾਡੀ ਫਿਕਰ ਕਰਦਾ ਆ। ਜੇ ਅਸੀਂ ਹੁਣ ਚਿੰਤਾ ਵਿੱਚ ਹੀ ਰਹੀਏ, ਫਿਕਰ ਵਿੱਚ ਹੀ ਰਹੀਏ, ਤਾਂ ਕਿੱਦਾਂ ਜਿਹੜੀ ਸਿਹਤ ਆ ਉਹ ਵੀ ਖਰਾਬ ਹੋ ਸਕਦੀ ਹੈ, ਸਿਹਤ ਜਿਹੜੀ ਆ ਉਹ ਵੀ ਖਰਾਬ ਹੋ ਸਕਦੀ ਆ, ਤਾਂ ਸਾਡੇ ਆਤਮਿਕ ਜ਼ਿੰਦਗੀ ਦੇ ਵਿੱਚ ਵੀ ਮੁਸ਼ਕਲ ਆ ਸਕਦੀ ਆ। ਜਦੋਂ ਅਸੀਂ ਚਿੰਤਾ ਕਰਾਂਗੇ ਸਿਹਤ ਖਰਾਬ ਹੋਊਗੀ, ਸਿਹਤ ਦੇ ਨਾਲ ਫਿਰ ਆਤਮਿਕ ਜੀਵਨ ਦੇ ਵਿੱਚ ਵੀ ਮੁਸ਼ਕਲ ਆਊਗੀ। ਸਾਡਾ ਸੁਰਗੀ ਪਿਤਾ ਕਹਿੰਦਾ ਆ ਫਿਕਰ ਨਾ ਕਰੋ, ਮੈਂ ਤੁਹਾਡੀ ਮਦਦ ਕਰੂੰਗਾ, ਤੁਹਾਡੀ ਸਹਾਇਤਾ ਕਰੂੰਗਾ। ਤੁਸੀਂ ਜਦੋਂ ਚਿੰਤਾ ਕਰਦੇ ਆ ਤੁਹਾਡੀ ਸਿਹਤ ਜਿਹੜੀ ਆ ਉਹਨੂੰ ਮੁਸ਼ਕਲ ਹੁੰਦੀ ਆ। ਅਸੀਂ ਪੜ੍ਹਦੇ ਹਾਂ ਆਇਜ਼ਿਆ ਦੇ ਵਿੱਚ, ਕਹੋਤਾਂ ਦੇ ਵਿੱਚ ਚੈਪਟਰ 12 ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਕਹੋਤਾਂ ਚੈਪਟਰ 12 ਉਹਦੀ 25 ਆਇਤ ਵਿੱਚ ਲਿਖਿਆ, ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਚੁਕਾ ਦਿੰਦੀ ਹੈ। ਜਦੋਂ ਚਿੰਤਾ ਹੁੰਦੀ ਆ, ਫਿਕਰ ਹੁੰਦੀ ਆ, ਉਹਦਾ ਦਿਲ ਜਿਹੜਾ ਆ ਉਹਦੇ ਦਿਲ ਨੂੰ ਚੁਕਾ ਦਿੰਦੀ ਆ, ਉਹਦਾ ਸਰੀਰ ਜਿਹੜਾ ਆ ਉਹ ਚਿੰਤਾ ਦੇ ਨਾਲ ਅਸੀਂ ਆਪਣੀ ਸਿਹਤ ਨੂੰ ਖਰਾਬ ਕਰ ਲੈਂਦੇ ਹਾਂ। ਕਿਉਂਕਿ ਸਾਡੇ ਅੰਦਰ ਪਰੇਸ਼ਾਨੀ ਹੁੰਦੀ ਆ, ਚਿੰਤਾ ਹੁੰਦੀ ਆ, ਪਰ ਚੰਗਾ ਵਚਨ ਉਹਨੂੰ ਆਨੰਦ ਕਰ ਦਿੰਦਾ ਹੈ। ਸਾਡਾ ਯੀਸ਼ੂ ਮਸੀਹ ਦਾ ਜੇ ਅਸੀਂ ਵਚਨ ਨੂੰ ਪੜ੍ਹਾਂਗੇ, ਉਹਦੇ 'ਤੇ ਗੌਰ ਕਰਾਂਗੇ, ਪਰਮੇਸ਼ਵਰ ਕਹਿੰਦਾ ਮੇਰੇ ਕੋਲ ਸ਼ਾਂਤੀ ਆ, ਮੈਂ ਤੁਹਾਨੂੰ ਸ਼ਾਂਤੀ ਦੇਣ ਵਾਲਾ, ਤੁਹਾਨੂੰ
खुशी देने वाला आ। यीशु मसीह दे वचन च लिखिया होया आ कि मैं तुहाडा परमेश्वर आ, मैं तुहानू अणदेखा नहीं करन वाला परमेश्वर। वो अणदेखा नहीं कि सानू अणदेखा कर लूगा, वह कहता है मैं तुहाडा परमेश्वर, मैं तुहाडी फिक्र करदा आ, मैं तुहाडी फिक्र करदा, तुहाडी चिंता करदा, मैं तुहानू त्याग नहीं दूंगा, त्याग नहीं दूंगा, क्योंकि मैं तेरा यहोवा जरी हाँ, तुहाडी चिंता करदा आ, तुहाडी फिक्र करदा आ। परमेश्वर कहता है विश्वास रखो, जेड़ा परमेश्वर ते विश्वास करता है वह कदी भी निराश नहीं, कदी भी निराश नहीं होंदा, क्योंकि वचन विच लिखा आया जेड़ा मेरे ते विश्वास करदा आ ओ आराम दी जिंदगी पाऊगा। जिस तरह दाऊद बादशाह कहता यहोवा मेरा अजाली है, मैनू धूम नहीं होगी, वो मैनू हरे हरे घा दी जूआं विच बिठाउंदा, मैनू सुखदायक पानिया कोल लै जांदा, मेरी जान विच जान पाउंदा, क्योंकि क्यों विश्वास करदा आ, अपने यहोवा दे उत्ते विश्वास करदा आ। वो कहता भावें मैं मौत दी छां दी वद विच फिरां, मैनू किसी चीज दा डर नहीं गा, मैनू किसी चीज दा गम नहीं गा, क्योंकि मेरा परमेश्वर मेरे नाल आ। इस तरह वचन च लिखा आ अपनी चिंता नू मेरे उत्ते सुट दो, अपनियां परेशानियां नू मेरे उत्ते सुट दो, मैं तुहाडियां लोड़ां नू जाणदा, तुहाडियां मजबूरियां तुहाडियां लोड़ां नू जाणदा, तुहाडियां परेशानियां नू जाणदा आ कि थानू केड़ी केड़ी चीज की जरूरत है। परमेश्वर कहता है मैं थानू आराम दूंगा, विश्राम वाली जिंदगी दूंगा, चिंता ना करो। जे असी देखिए पहले पत्रस दे विच उहदे पांच चैप्टर नू जदों देखदे आ, पहले चैप्टर पहला पत्रस उहदे पांच चैप्टर दे विच जदों देखदे आ, सात आयत दे विच लिखिया होया अपनी सारी चिंता उस उत्ते सुटो क्यों जो ਉਹਨੂੰ ਤੁਹਾਡਾ ਫਿਕਰ ਆ। ਹਾਲੇਲੂਇਆ, ਸਾਡੇ ਯਿਸੂ ਮਸੀਹ ਨੂੰ ਸਾਡਾ ਫਿਕਰ ਆ, ਸਾਡੇ ਯਿਸੂ ਮਸੀਹ ਜੋ ਉਧਾਰ ਕਰਤਾ ਆ ਉਹਨੂੰ ਸਾਡਾ ਫਿਕਰ ਆ। ਉਹ ਕਹਿੰਦਾ ਆਪਣੇ ਬੋਝਾਂ ਨੂੰ ਮੇਰੇ ਕੋਲ ਦੇ ਦਿਓ, ਆਪਣੀਆਂ ਚਿੰਤਾਵਾਂ ਨੂੰ ਮੇਰੇ ਕੋਲ ਦੇ ਦਿਓ, ਕਿਉਂਕਿ ਵਚਨ 'ਚ ਲਿਖਿਆ ਆ ਇਹ ਸਾਰੇ ਭਾਰ ਦੇ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ, ਮੇਰਾ ਝੂਲਾ ਨਰਮ ਅਤੇ ਮੁਲਾਇਮ ਹੈ। ਆਪਣੇ ਬੋਝਾਂ ਨੂੰ ਆਪਣੀਆਂ ਪਰੇਸ਼ਾਨੀਆਂ ਨੂੰ ਮੇਰੇ ਉੱਤੇ ਤੋਂ ਸੁੱਟ ਦਿਓ। ਜਦੋਂ ਅਸੀਂ ਆਪਣੇ ਪਰਮੇਸ਼ਰ ਨੂੰ ਆਪਣੀਆਂ ਮੁਸ਼ਕਲ ਆਪਣੀਆਂ ਪਰੇਸ਼ਾਨੀਆਂ ਦੱਸਾਂਗੇ ਤਾਂ ਸਾਡਾ ਪਰਮੇਸ਼ਰ ਕਹਿੰਦਾ ਜਦੋਂ ਤੁਸੀਂ ਪੁਕਾਰੋਗੇ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣ ਲਊਂਗਾ, ਮੈਂ ਤੁਹਾਡਾ ਯਹੋਵਾ ਆ। ਕਿਉਂ? ਕਿਉਂਕਿ ਥੱਕੇ ਹੋਏ ਬੋਝਾਂ ਦੇ ਹੇਠ ਦੱਬੇ ਹੋਏ ਲੋਕੋ ਮੇਰੇ ਕੋਲ ਆ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਸਾਡਾ ਖੁਦਾਵੰਦ ਜਿਹੜਾ ਆ ਆਪਣੇ ਬੋਝਾਂ ਨੂੰ, ਇਹ ਨਾ ਕਿ ਅਸੀਂ ਬੋਝ ਆਪਣੇ ਪਰਮੇਸ਼ਰ ਨੂੰ ਦੱਸੀਏ ਪਰ ਸਾਡੇ ਦਿਲ ਗੁਹਾਂ ਦੂਰ ਹੋ। ਉਸ ਔਰਤ ਦੀ ਤਰ੍ਹਾਂ ਇੱਕ ਭੈਣ ਆ, ਉਹ ਜਿੱਦਾਂ ਯਾਨੀ ਕਿ ਸਟੋਰੀ ਸੁਣੀ ਹੋਈ ਆ ਕਿ ਉਹ ਘਰ ਦੀ ਪੰਡ ਜਿਹੜੀ ਆ ਉਹ ਲਈ ਤੁਰੀ ਜਾਂਦੀ ਆ। ਜਦੋਂ ਲਈ ਤੁਰੀ ਜਾਂਦੀ ਆ ਤਾਂ ਰਾਸਤੇ ਵਿੱਚ ਇੱਕ ਗੱਡੇ ਵਾਲਾ ਪਾਈ ਆਉਂਦਾ ਆ, ਕਹਿੰਦਾ ਭੈਣਾ ਤੂੰ ਏਦਾਂ ਕਰ ਕਿ ਆ ਜਿਹੜਾ ਤੂੰ ਬੋਝ ਚੁੱਕਿਆ ਹੋਇਆ ਆ ਇਹ ਤੂੰ ਏਦਾਂ ਕਰ ਕਿ ਮੇਰੇ ਗੱਡੇ ਦੇ ਉੱਤੇ ਰੱਖ ਦੇ ਤਾਂ ਤੈਨੂੰ ਸੁਖਾਲਾ ਹੋ ਜਾਊਗਾ ਆਪਣਾ ਜਿਹੜਾ ਯਾਨੀ ਕਿ ਬੋਝ ਜਿਹੜਾ ਆ, ਚੱਲ ਤੂੰ ਗੱਡੇ ਦੇ ਉੱਤੇ ਬਹਿ ਜਾ ਤਾਂ ਈਜ਼ੀ ਤੇਰੇ ਲਈ ਹੋ ਜਾਊਗਾ, ਜਿੱਥੇ ਜਾਣਾ ਮੈਂ ਤੈਨੂੰ ਉੱਥੇ ਤਾਰ ਦਊਂਗਾ। ਤੇ ਉਹ ਕੀ ਕਰਦੀ ਆ, ਉਹ ਗੱਡੇ ਤੇ ਤਾਂ ਬੈਠ ਜਾਂਦੀ ਆ ਪਰ ਆਪਣੀ ਜਿਹੜੀ ਪੰਡ ਆਉਂਦੀ ਆ ਉਹ ਪੰਡ ਆਪਣੇ ਸਿਰ ਉੱਤੇ ਰੱਖ ਦਿੰਦੀ ਆ। ਤੇ ਜਦੋਂ ਥੋੜੀ ਦੇਰ ਬਾਅਦ ਜਦੋਂ ਉਹਦਾ ਘਰ ਆਉਂਦਾ ਤਾਂ ਉਹ ਦੇਖਦਾ ਹੈ, ਕਹਿੰਦਾ ਭੈਣਾ ਕੀ ਆਸਰਾ ਆ ਤੈਨੂੰ ਗੱਡੇ ਤੇ ਬੈਠੇ ਦਾ, ਭਾਰ ਤਾਂ ਤੂੰ ਸਿਰ ਤੇ ਚੁੱਕਿਆ ਹੋਇਆ। ਇਸੇ ਤਰ੍ਹਾਂ ਅਸੀਂ ਆਪਣੇ ਖੁਦਾਵੰਦ ਦੇ ਕੋਲ ਆਈਏ ਤਾਂ ਆਪਣੇ ਬੋਝਾਂ ਨੂੰ ਆਪਣੇ ਕੋਲ ਹੀ ਨਾ ਬੰਨੀ ਰੱਖੀਏ ਆਪਣੇ ਖੁਦਾਵੰਦ ਨੂੰ ਕਿ ਹੇ ਖੁਦਾਵੰਦ ਮੈਂ ਆਪਣੇ ਬੋਝਾਂ ਨੂੰ ਤੇਰੇ ਕੋਲ ਲੈ ਕੇ ਆਉਣਾ, ਕਿਉਂਕਿ ਤੇਰੇ ਵਚਨ 'ਚ ਲਿਖਿਆ ਇਹ ਸਾਰੇ ਭਾਰ ਦੇ ਹੇਠਾਂ ਦੱਬੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਹੇ ਪਰਮੇਸ਼ਰ, ਅਸੀਂ ਆਪਣੇ ਬੋਝਾਂ ਨੂੰ ਆਪਣੇ ਪਰੇਸ਼ਾਨੀਆਂ ਨੂੰ ਤੇਰੇ ਕੋਲ ਲੈ ਕੇ ਆਉਂਦੇ ਹਾਂ, ਕਿਉਂਕਿ ਵਚਨ 'ਚ ਜ਼ਬੂਰ 70 ਉਹਦੀ ਇੱਕ ਆਇਤ 'ਚ ਲਿਖਿਆ ਮੈਂ ਦੁਹਾਈ ਦੇਵਾਂਗਾ ਤਾਂ ਯਹੋਵਾ ਮੇਰੀ ਸੁਣ ਲਊਗਾ। ਮੇਰਾ ਪਰਮੇਸ਼ਰ ਜਿਹੜਾ ਆ ਸਾਨੂੰ ਮੁਸ਼ਕਲਾਂ ਦੇ ਵਿੱਚ, ਸਾਡੀਆਂ ਪਰੇਸ਼ਾਨੀਆਂ ਵਿੱਚ ਸਾਡੀ ਪੁਕਾਰ ਨੂੰ ਸੁਣਨ ਵਾਲਾ ਸਾਡਾ ਪਰਮੇਸ਼ਰ ਆ। ਉਹ ਕਹਿੰਦਾ ਮੇਰੇ ਨਾਲ ਤੁਸੀਂ ਗੱਲ ਤਾਂ ਕਰੋ, ਮੈਨੂੰ ਪੁਕਾਰੋ ਤਾਂ ਸਹੀ, ਮੈਨੂੰ ਪਰਖ ਕੇ ਤਾਂ ਦੇਖੋ। ਕਿਉਂਕਿ ਜ਼ਬੂਰ 34 ਉਹਦੀ 34 ਦੀ 38 ਆਇਤ ਵਿੱਚ ਲਿਖਿਆ ਹੋਇਆ ਆ ਚੱਖੋ ਤੇ ਵੇਖੋ ਭਾਈ ਯਹੋਵਾ ਪਨਾਹ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਆ। ਅਸੀਂ ਆਪਣੇ ਬੋਝਾਂ ਨੂੰ ਆਪਣੇ ਪਰਮੇਸ਼ਰ ਦੇ ਕੋਲ ਲੈ ਕੇ ਆਈਏ, ਚੱਕ ਕੇ ਦੇਖੀਏ ਉਹ ਭਲਾ ਆ, ਉਹ ਦਿਆਲੂ ਆ, ਉਹ ਕਿਰਪਾਲੂ ਆ, ਉਹ
आया। इंसान होता अपनी अपनी फिक्र आया। साढ़े परमेश्वर ने अपने पूरे सृष्टिकर्ता पूरे बच्चे की फिक्र आया। मेरे बच्चे नु की चाहिदा है, मेरे बच्चे की की जरूरत है। वो कहता है सिर्फ अपने मुंह के नाल मैनू दस तेरी की लोड़ है, तेरी की चिंता है। साढ़े फिक्र करता है, साडा परमेश्वर साडी फिक्र करदा है। असीं मत्ती दी अंजील च जाने आ, मत्ती दी अंजील विच 6 दे विच जदों असीं देखते आ 33 आयत दे विच कहिंदा जदों तुसीं मैनूं पुकारदे आ पूरे दिल तों पुकारो, मैं तुहाडी पुकार नूं सुन लूंगा, तुहाडी दुहाई नूं सुन लूंगा। विश्वास करो, जदों तुसीं विश्वास करोगे तां की आ तुसीं मेरे राज दे ओदे धर्म नूं पालोगे तां तुहानूं सारियां वस्तूं मिल जाऊगियां। ओदे राज नूं असीं पालना आ, ओदे राज नूं असीं किस तरह पालना आ, वचन नूं पढ़ के परमेश्वर नूं असीं पुकारांगे, परमेश्वर अगे दुहाई देवांगे। तां ओह कहिंदा आ जदों तुसीं मैनूं लभोगे तां मैं लभ पाऊंगा। असीं ओदे राज दी खोज करनी आ, ओदे राज दी खोज करांगे ते दुनियादारी दीआं चीज़ां सानूं सानू फिकर नहीं करना चाहिदा। सानू आज दा ही फिकर करना चाहिदा, पालक दा सानू फिकर नहीं करना चाहिदा। पालक दा दुख जेड़ा है वो पालक दा जेड़ा की वचन च की लिखा आया सो तुसी पालक दे लिए चिंता ना करो क्यों जो पालक अपने लिए आपे चिंता करेगा। सानू कल दी फिकर करन दी लोड़ नहीं कि असी की खावांगे की पहनांगे। साडा परमेश्वर कहिंदा तुसीं अज दी फिक्र करो, अज दी चिंता करो। मैं तुहाडा परमेश्वर आ, मैं तुहाडे लई प्रोवाइड करन वाला परमेश्वर, मैं तुहाडा यहोवा जरी आ। सानू ना इसराइलियां वल देख लेना चाहिदा जिन्हां ने 40 साल परमेश्वर उन्हां नूं मन दिंदा सी, चट्टान दे विच्चों पानी बहाउंदा सी जदों उन्हां नूं प्यास लगदी सी। साडा परमेश्वर उही अज आ, वो कहिंदा चिंता ना करो, फिकर ना करो, पालके अपने लिए आपे चिंता करूंगा। पालक दी कल नूं चिंता करन दी लोड़ नहींगी। सानू अज दा ही सोचना चाहिदा, हे परमेश्वर मैं तेरा धन्नवाद करदा आ, तेरा धन्नवाद करदी आ, साडियां जरूरतां नूं पूरियां कीता, कल दी फिकर ना करो। असीं सारफत विधवा बारे देख सकते, सारफत विधवा जेड़ी आ ओ की आ जदों मती राजियां दी फर्स्ट किंग दे विच जदों असीं बाइबल दे विच देखते आ फर्स्ट किंग chapter 17 दे विच जिदो असे देखते हैं कि first king chapter 17 ते जिदो दे 9 तो लेके 16 तिकर देखते हैं ते यहोवा दा वचन उसनु आया कि उठ अते सिदोन दे सारफत नु चला जा अते उत्ते जा टिक, वेख में एक विधवा देवी नु हुकम दिता है कि वो तेरी पालना करे, तेरी पालना करे। बाइबल विच असीं पढ़िया आ एक विधवा आ अपने पुत्र नाल रहिंदी आ, उस शहर दे विच कार पिया होया आ, उस विधवा दे कोल सिर्फ, इस स्टोरी नूं जे असीं पढ़िए, उस विधवा दे कोल सिर्फ एक मुट्ठी आटा आ ते थोड़ा जिहा कुप्पी दे विच तेल आ ते ओह विधवा जिहड़ी आ उस खाने दे नाल ना बेटे दा टिड भर सकदा, ना मां दा टिड भर सकदा। उन्हां दे लई खाना ही इनफ नहींगा, एक मुट्ठी आटा ते कुप्पी दे विच तेल आ। पर उन्हां ने किया, ओह खा के मर जाणा आ मां बेटे ने दोनां ने। परमेश्वर दी जोज ना उस औरत दे लई किया, उस विधवा दे लई किया। परमेश्वर ने विधवा नूं आशीष देण लई एलिया नूं भेजिया।
ਹੋਣਾ ਸੀ ਉਹ ਇਹ ਜਿੱਥੇ ਸੀ ਸ਼ਹਿਰ ਉੱਤੇ ਬਹੁਤ ਸਾਰੀਆਂ ਵਿਧਵਾ ਸੀਗੀਆਂ ਪਰ ਪਰਮੇਸ਼ਵਰ ਦੀ ਯੋਜਨਾ ਪਰਮੇਸ਼ਵਰ ਦੀ ਮਰਜ਼ੀ ਜਿੱਥੇ ਪੂਰੀ ਹੁੰਦੀ ਹੈ ਉਹਦੇ ਨਾਮ ਨੂੰ ਮਹਿਮਾ ਮਿਲਣੀ ਉਹਦੇ ਨਾਮ ਨੂੰ ਜਲਾਲ ਮਿਲਣਾ ਪਰਮੇਸ਼ਵਰ ਨੇ ਵਿਧਵਾ ਦੇ ਕੋਲ ਏਲੀਆ ਨੂੰ ਭੇਜਿਆ ਜਦੋਂ ਸਮਾਂ ਮੁਸ਼ਕਲ ਵਿੱਚ ਹੋਵੇ ਪਰਮੇਸ਼ਵਰ ਜਿਸ ਤਰ੍ਹਾਂ ਏਲੀਆ ਨੂੰ ਭੇਜਿਆ ਆਪਣੇ ਲੋਕਾਂ ਦੇ ਲਈ ਆਪਣੇ ਦਾਸਾਂ ਨੂੰ ਭੇਜਦਾ ਤਾਂ ਕਿ ਮੇਰੇ ਲੋਕ ਜਿਹੜੇ ਆ ਉਹ ਬਚਾਏ ਜਾਣ ਮੁਸ਼ਕਲਾਂ ਤੋਂ ਬਚਾਏ ਜਾਣ ਚਿੰਤਾ ਤੋਂ ਬਚਾਏ ਜਾਣ ਪਰੇਸ਼ਾਨੀਆਂ ਤੋਂ ਬਚਾਏ ਜਾਣ ਸਾਡਾ ਪਰਮੇਸ਼ਵਰ ਜਿਹੜਾ ਆ ਜਦੋਂ ਅਸੀਂ ਆਪਣੇ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ ਸਾਨੂੰ ਆਪਣੇ ਪਰਮੇਸ਼ਵਰ ਤੇ ਵਿਸ਼ਵਾਸ ਕਰਨਾ ਚਾਹੀਦਾ ਜਿਸ ਤਰ੍ਹਾਂ ਏਲੀਆ ਨੂੰ ਭੇਜਿਆ ਵਿਧਵਾ ਦੇ ਲਈ ਇਸੇ ਤਰ੍ਹਾਂ ਹੁਣ ਮੁਸ਼ਕਲ ਵਿੱਚ ਸਾਡਾ ਪਰਮੇਸ਼ਵਰ ਆਪਣੇ ਲੋਕਾਂ ਨੂੰ ਭੇਜਦਾ ਹੈ ਮੇਰੇ ਭੈਣ ਭਰਾ ਜੋ ਵੀ ਇਹ ਵਚਨ ਸੁਣ ਰਹੇ ਹਾਂ ਅਸੀਂ ਦੇਖਦੇ ਹਾਂ ਕਿ ਕੋਰੋਨਾ ਵਾਇਰਸ ਦਾ ਕਰਕੇ ਬਹੁਤ ਲੋਕ ਚਿੰਤਾ ਵਿੱਚ ਆ ਬਹੁਤ ਲੋਕ ਪਰੇਸ਼ਾਨੀ ਵਿੱਚ ਆ ਬਹੁਤ ਲੋਕ ਸੰਕਟ ਵਿੱਚ ਆ ਸਾਡਾ ਯਿਸੂ ਮਸੀਹ ਕਹਿੰਦਾ ਆ ਸਾਡਾ ਖੁਦਾਵੰਦ ਕਹਿੰਦਾ ਆ ਮੈਨੂੰ ਤੁਹਾਡੀ ਫਿਕਰ ਆ ਮੈਨੂੰ ਤੁਹਾਡੀ ਜ਼ਰੂਰਤ ਆ ਜੇ ਮੈਂ ਕਾਲ ਦੇ ਸਮੇਂ ਵਿਧਵਾ ਦੇ ਕੋਲ ਆਪਣੇ ਦਾਸ ਨੂੰ ਭੇਜ ਸਕਦਾ ਆ ਤਾਂ ਮੈਂ ਤੁਹਾਡੇ ਕੋਲ ਆਪਣੇ ਲੋਕਾਂ ਨੂੰ ਭੇਜ ਸਕਦਾ ਆ ਕਿ ਤੁਹਾਡੀ ਮਦਦ ਕਰ ਭਾਵੇਂ ਕੋਰੋਨਾ ਵਾਇਰਸ ਪੂਰੀ ਸ੍ਰਿਸ਼ਟੀ ਦੇ ਵਿੱਚ ਫੈਲੀ ਪਈ ਆ ਪੂਰੇ ਜਹਾਨ ਦੇ ਉੱਤੇ ਆਈ ਹੋਈ ਆ ਮਹਾਮਾਰੀ ਆਈ ਹੋਈ ਆ ਕੋਈ ਇਸ ਦਾ ਇਲਾਜ ਨਹੀਂ ਕਰ ਪਰ ਪਰਮੇਸ਼ਵਰ ਕਹਿੰਦਾ ਮੈਂ ਆਪਣੇ ਲੋਕਾਂ ਦੀ ਮਦਦ ਕਰਦਾ ਆ ਚਿੰਤਾ ਨਾ ਕਰੋ ਫਿਕਰ ਨਾ ਕਰੋ ਗਮ ਨਾ ਕਰੋ ਮੈਂ ਤੁਹਾਡੀ ਚਿੰਤਾ ਕਰਦਾ ਆ ਸਿਰਫ ਤੁਹਾਨੂੰ ਮੇਰੇ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਪਰਮੇਸ਼ਵਰ ਤੇ ਵਿਸ਼ਵਾਸ ਰੱਖੋ ਜੇ ਉਹ ਵਿਧਵਾ ਦੀ ਮਦਦ ਕਰ ਸਕਦਾ ਆ ਤਾਂ ਪਰਮੇਸ਼ਵਰ ਤੁਹਾਡੀ ਵੀ ਮਦਦ ਕਰ ਸਕਦਾ ਪਰ ਸਾਨੂੰ ਇੱਕ ਕਿ ਸਾਨੂੰ ਚਿੰਤਾ ਨਹੀਂ ਕਰਨੀ ਸਾਨੂੰ ਸਾਨੂੰ ਆਪਣੇ ਖੁਦਾਵੰਦ ਤੇ ਵਿਸ਼ਵਾਸ ਕਰਨਾ ਚਾਹੀਦਾ ਆ ਸਾਡਾ ਖੁਦਾਵੰਦ ਭਲਾ ਪਰਮੇਸ਼ਵਰ ਆ ਉਹ ਜ਼ਿੰਦਾ ਆ ਪਾਕ ਆ ਪਵਿੱਤਰ ਆ ਸਮਰਥੀ ਪਿਤਾ ਪਰਮੇਸ਼ਵਰ ਆ ਉਹਨੇ ਏਲੀਆ ਨੂੰ ਭੇਜਿਆ ਪਰਮੇਸ਼ਵਰ ਤੁਹਾਡੀ ਜ਼ਰੂਰਤ ਲਈ ਵੀ ਕੋਈ ਨਾ ਕੋਈ ਕਿਸੇ ਨੂੰ ਭੇਜੇਗਾ ਉਹਦਾ ਵਾਅਦਾ ਆ ਉਹ ਕਹਿੰਦਾ ਜਿਹੜਾ ਮੈਨੂੰ ਪੁਕਾਰਦਾ ਆ ਜਿਹੜਾ ਮੈਨੂੰ ਪੁਕਾਰਦਾ ਮੇਰੇ ਕੰਨ ਉਹਨਾਂ ਦੇ ਦੁਹਾਏ ਵੱਲ ਲੱਗੇ ਰਹਿੰਦੇ ਆ ਉਹ ਕਹਿੰਦਾ ਮੈਂ ਸੁਣਦਾ ਤੁਹਾਡੀ ਪੁਕਾਰ ਨੂੰ ਮੇਰਾ ਪਰਮੇਸ਼ਵਰ ਮੇਰਾ ਯਹੋਵਾ ਜੀ ਤੁਹਾਡੀਆਂ ਪੁਕਾਰਾਂ ਨੂੰ ਸੁਣੇਗਾ ਪਰ ਉਹ ਕਹਿੰਦਾ ਦਿਲ ਦੀ ਗਹਿਰਾਈ ਤੋਂ ਰੂਹ ਤੋਂ ਮੈਨੂੰ ਪੁਕਾਰੋ ਜਿਸ ਤਰ੍ਹਾਂ ਵਿਧਵਾ ਦੇ ਕੋਲ ਇੱਕ ਮੁੱਠੀ ਆਟਾ ਤੇ ਥੋੜਾ ਜਿਹਾ ਤੇਲ ਸੀਗਾ ਕਹਿੰਦਾ ਜਦੋਂ ਏਲੀਆ ਵਿਧਵਾ ਨੂੰ ਮਿਲਦਾ ਆ ਤਾਂ ਉਹਨੂੰ ਕਹਿੰਦਾ ਕਿ ਮੇਰੇ ਲਈ ਰੋਟੀ ਲੈ ਕੇ ਆ ਪਰ ਵਿਧਵਾ ਨੂੰ ਅਸੀਂ ਦੇਖਦੇ ਹਾਂ ਵਿਧਵਾ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਉਹ ਕੀ ਆ ਉਸਦੇ ਲਈ ਖਾਣਾ ਬਣਾ ਕੇ ਲਿਆਉਂਦੀ ਹੈ ਵਿਸ਼ਵਾਸ ਦੇ ਨਾਲ ਕਿਉਂਕਿ ਉਹਨੂੰ ਵਿਸ਼ਵਾਸ ਆ ਆਪਣੇ ਖੁਦਾਵੰਦ ਦੇ ਉੱਤੇ ਕਹਿੰਦਾ ਪਹਿਲਾਂ ਮੇਰੇ ਲਈ ਰੋਟੀ ਲੈ ਕੇ ਆ ਇਸੇ ਤਰ੍ਹਾਂ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਹੈ ਭਾਵੇਂ ਅਸੀਂ ਮੁਸ਼ਕਲ ਵਿੱਚ ਆ ਭਾਵੇਂ ਅਸੀਂ ਚਿੰਤਾ ਵਿੱਚ ਆ ਪਰ ਸਾਨੂੰ ਪਹਿਲਾਂ ਮੁਸ਼ਕਲ ਦੇ ਸਮੇਂ ਵੀ ਪਹਿਲ ਆਪਣੇ ਖੁਦਾਵੰਦ ਨੂੰ ਦੇਣੀ ਚਾਹੀਦੀ ਆ ਪਹਿਲ ਆਪਣੇ ਪਰਮੇਸ਼ਵਰ ਨੂੰ ਦੇਣੀ ਚਾਹੀਦੀ ਆ ਕਿਉਂਕਿ ਸਾਡਾ ਪਰਮੇਸ਼ਵਰ ਸਾਡੇ ਕੋਲ ਇਹੀ ਚਾਹੁੰਦਾ ਆ ਜਦੋਂ ਤੂੰ ਮੇਰੇ ਲਈ ਲੈ ਕੇ ਆਉਗੀ ਤਾਂ ਤੁਹਾਡਾ ਸਭ ਫਿਕਰ ਜਾਂਦਾ ਲੱਗੇਗਾ ਕਿਉਂਕਿ ਪਰਮੇਸ਼ਵਰ ਦਾ ਆਤਮਾ ਕਹਿੰਦਾ ਆ ਕਿ ਨਾ ਤੇਰੇ ਵਿੱਚ ਨਾ ਤੇਰੇ ਕੁੱਪੀ ਦੇ ਵਿੱਚੋਂ ਤੇਲ ਘਟੇਗਾ ਤੇ ਨਾ ਤੇਰਾ ਆਟਾ ਮੁੱਕੇਗਾ ਕਿਉਂਕਿ ਯਹੋਵਾ ਇਸਰਾਇਲ ਦਾ ਪਰਮੇਸ਼ਵਰ ਜਿਹੜਾ ਆ ਯੂ ਆਖਦਾ ਆ ਜੇ ਅਸੀਂ ਆਪਣੇ ਪਰਮੇਸ਼ਵਰ ਨੂੰ ਪੂਰੇ ਖਰਾਬ ਸਮੇਂ ਵਿੱਚ ਵੀ ਮੁਸ਼ਕਲ ਦੇ ਸਮੇਂ ਵਿੱਚ ਵੀ ਜਦੋਂ ਅਸੀਂ ਆਪਣੀ ਕਮਜ਼ੋਰੀ ਵਿੱਚ ਵੀ ਆਪਣੇ ਖੁਦਾਵੰਦ ਨੂੰ ਪਹਿਲਾਂ ਰੱਖਾਂਗੇ ਤਾਂ ਸਾਡਾ ਖੁਦਾਵੰਦ ਜਿਹੜਾ ਆ ਸਾਡੀ ਮਦਦ ਕਰੂਗਾ ਪਰਮੇਸ਼ਵਰ ਕਹਿੰਦਾ ਆ ਮੈਨੂੰ ਧੰਨਵਾਦ ਦੀ ਭੇਂਟ ਤੁਹਾਡੇ ਹੋਂਟਾਂ ਤੋਂ ਚਾਹੀਦੀ ਆ ਕਿਉਂਕਿ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਆ ਕਿ ਉਹਦਾ ਇੱਕ ਮੁੱਠੀ ਆਟਾ ਸੀ ਇੱਕ ਮੁੱਠੀ ਆਟੇ ਵਿੱਚ ਉਹਨੇ ਬਰਕਤ ਪਾ ਦਿੱਤੀ ਕਿਉਂਕਿ ਉਹਨੇ ਪਹਿਲਾਂ
अपने परमेश्वर दे दास दा हुक्म मन्या, परमेश्वर दे दास दा कहना मन्या, क्योंकि परमेश्वर भी कहता है तुसी चिंता विच आ, फिकर विच आ, पहला मेरे लिए अपना समा कढो। सानू अपने खुदावन दे लिए समा कढना चाहिए है। साडियां कमजोरियां विच ओ साडा बल बन जांदा, साडियां कमजोरियां दे विच साडी ताकत बन जांदा है। पर असी देखते हैं जी उन्हें एलिया, जो एलिया ने उसनु कहा सी कि पहला मेरे लिए लै किया, उसने उसे तरह किया, पहला वो एलिया लिए लै किया। जो एलिया लिए लै, सानू ये देखना कि असी चिंता विच हां, असी फिकर विच हां, असी गम विच हां, पहले असी अपने खुदावन नु अग्गे रखिए, पहला अपने खुदावन ते विश्वास रखिए कि खुदावन पापे मेरे ते दुख आए आ, मुसीबत आई आ, परेशानी आई आ, पहला असी अपने खुदावन नु दईए कुछ की देना, अपना कीमती समा दईए, कीमती समा दईए कि खुदावन मैं तेरे चरणों च बैठी हां, तेरे कोल आई हां, मैं तेरे अग्गे प्रार्थना करदा हां, जां करदी हां, मेरी चिंता नु मेरे गमां नु तू चुकन वाला परमेश्वर आ। वो कहता फिकर ना कर, चिंता ना कर, जे मैं उस विधवा दी मदद कर सकता हां जिस विच एक मुट्ठी सी, एक मुट्ठी विच इन्नी बरकत पा दित्ती है, कि उहदा दा घराने दा घराना जिहड़ा आ, वचन च की लिखिया होया, चौथवीं आयत च लिखिया कि ओ जो यहोवा इजराइल दा परमेश्वर यूं आखदा है कि ना तौले दा आटा मुकेगा, ना कुप्पी दा तेल कटेगा, जिन्ना चिकर यहोवा जमीन उत्ते मीह ना पावे, जिन्ना चिकर यहोवा मीह ना पावे, 3.5 साल तिकर मीह नहीं पिया, 3.5 साल तिकर मीह नहीं पिया, ओ विधवा दे घर विच ना आटा मुकिया, ना तेल मुकिया, परमेश्वर परमेश्वर दे वचन च लिखिया होया है। जिदों असीं अपने परमेश्वर दे वायदे दे मुताबक चलदे हां, तां परमेश्वर कहिंदा है मैं तुहाडे प्रार्थनां दे विच, तुहाडी रसोई दे विच बरकत पा दवांगा। परमेश्वर ने विधवा दे मुश्किल समें नूं बदलिया, परमेश्वर ने विधवा दे मुश्किल समें नूं बदलिया, परमेश्वर ने ओही नहीं कि ओदे ओदे बेटे दे लई और ओ विधवा दे लई खाना नहीं खत्म होया, ओदे पूरे घराने ने, पूरे घराने ने कई दिनां तिकर 3.5 साल तिकर मीह नहीं पिया, 3.5 साल तिकर मीह नहीं पिया, ओदा पूरा घराना खांदा रहा खाना, क्यों परमेश्वर दे जन नू ओने जो जन नू हुक्म, जन ने हुक्म दिता सी कि पहला मेरे लिए लै किया। सानू अपने परमेश्वर दे पहल देनी चाहिदी आ, जदों असीं अपने खुदावन नू पहल देवांगे तां परमेश्वर कहिंदा आ मैं तुहाडियां आरजोईयां नू, तुहाडियां बेनतियां नू, तुहाडे गमां नू, तुहाडे फिकरां नू, जो भी तुसीं दुख विच मंगोगे मैं तुहाडे लई अपने लोकां नू भेजूंगा। एलिया जो एलिया नू खाना देण दे लई कां नू प्रोवाइड कीता, परमेश्वर अपने लोकां नू छड्डदा नहींगा, परमेश्वर अपने लोकां नू त्यागदा नहीं। सानू सिर्फ चिंता नहीं करनी चाहिए, परमेश्वर साडे मुश्किलां नू बदलण वाला परमेश्वर आ, परमेश्वर साडियां चिंतावां नू बदलण वाला परमेश्वर आ, साडा खुदावन जिहड़ा आ ओ साडे खुदावन जिहड़ा साडी कमजोरियां दे विच, साडियां कमजोरियां दे विच सानू बल देण वाला साडा परमेश्वर आ। ओ कहिंदा चिंता ना करो, फिकर ना करो, चिंता करके तुसीं कुछ नहीं कर सकते। जे असीं पालक दी चिंता करांगे, ओ कहिंदा पालक दी चिंता तुसीं क्यों करदे आ, तुसीं पालक दी चिंता ना करो, क्योंकि मत्ती दे विच लिखिया होया है पालक दी चिंता ना करो, पालक अपने आप लई आपे चिंता करेगा। असीं सारफत विधवा नूं देखते हां कि उन्होंने रोटी खा के ना मुट्ठी एक मुट्ठी आटा ते कुप्पी दे विच दे लिया, दोनों ने पेट भी नहीं भरन वाला खाने दे नाल, कहती किसी मर जाना, पर परमेश्वर कहता फिकर ना करो, चिंता ना करो, मैं तुहाडे लई सब कुछ प्रोवाइड करूंगा, मेरा ना किया
ਨੂੰ ਯਾਦ ਰੱਖਣਾ ਚਾਹੀਦਾ ਆ ਜੋ ਪਰਮੇਸ਼ਰ ਕਹਿੰਦਾ ਆ ਪਹਿਲੇ ਪਤਰਸ ਦੇ ਵਿੱਚ ਆਪਣੀ ਸਾਰੀ ਚਿੰਤਾ ਮੇਰੇ ਉੱਤੇ ਸੁੱਟ ਦਿਓ ਮੈਨੂੰ ਤੁਹਾਡਾ ਫਿਕਰ ਆ ਮੈਨੂੰ ਤੁਹਾਡਾ ਬੋਝ ਆ ਮੈਨੂੰ ਤੁਹਾਡਾ ਚਿੰਤਾ ਆ ਆਪਣੀਆਂ ਪਰੇਸ਼ਾਨੀਆਂ ਨੂੰ ਆਪਣੇ ਗਮਾਂ ਨੂੰ ਮੇਰੇ ਉੱਤੇ ਸੁੱਟ ਦਿਓ ਜਦੋਂ ਅਸੀਂ ਆਪਣੇ ਖੁਦਾਵਨ ਤੇ ਸੁੱਟ ਦਵਾਂਗੇ ਸਾਡਾ ਖੁਦਾਵਨ ਜਿਹੜਾ ਆ ਸਾਡੀਆਂ ਚਿੰਤਾ ਨੂੰ ਚੁੱਕ ਲਊਗਾ ਜੋ ਕਾਲ ਦੇ ਸਮੇਂ ਵਿਧਵਾ ਦੀ ਮਦਦ ਕਰ ਸਕਦਾ ਹੈ ਜੇ ਕਾਲ ਦੇ ਸਮੇਂ ਆਪਣੇ ਲੋਕ ਆਪਣੇ ਬੰਦੇ ਨੂੰ ਏਲੀਆ ਨੂੰ ਭੇਜ ਸਕਦਾ ਹੈ ਬਰਕਤ ਦਾ ਵਾਰਿਸ ਬਣਨ ਦੇ ਲਈ ਉਹ ਅੱਜ ਕਰੋਨਾ ਵਾਇਰਸ ਦੇ ਵਿੱਚ ਤੁਹਾਡੇ ਲੋਕਾਂ ਦੀ ਵੀ ਮਦਦ ਕਰ ਸਕਦਾ ਹੈ ਜੋ ਅੱਜ ਪਰੇਸ਼ਾਨੀਆਂ ਵਿੱਚ ਆ ਦੁੱਖਾਂ ਵਿੱਚ ਆ ਚਿੰਤਾ ਵਿੱਚ ਆ ਪਰਮੇਸ਼ੁਰ ਕਹਿੰਦਾ ਮੇਰੇ ਤੇ ਵਿਸ਼ਵਾਸ ਰੱਖੋ ਅੱਜ ਉਸ ਵਾਇਦੇ ਨੂੰ ਯਾਦ ਰੱਖੋ ਜੋ 365 ਦਿਨ ਸਾਡਾ ਯਿਸੂ ਮਸੀਹ ਕਹਿੰਦਾ ਆ ਕਿ ਨਾ ਡਰ ਨਾ ਖਾਪ ਮੈਂ ਤੇਰਾ ਪਰਮੇਸ਼ੁਰ ਆ ਵਚਨ ਚ ਲਿਖਿਆ ਹੈ ਸਾਰੇ ਪਾਰ ਦੇ ਹੇਠਾਂ ਦੱਬੇ ਹੋਏ ਲੋਕ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਆਪਣੇ ਬੋਝਾਂ ਨੂੰ ਆਪਣੀਆਂ ਚਿੰਤਾ ਨੂੰ ਉਸ ਉੱਪਰ ਦੇ ਦਿਓ ਉਹ ਕਹਿੰਦਾ ਮੈਂ ਤੁਹਾਡੇ ਬੋਝਾਂ ਨੂੰ ਚੁੱਕਣ ਵਾਲਾ ਤੁਹਾਡਾ ਪਰਮੇਸ਼ੁਰ ਆ ਮੈਂ ਤੁਹਾਡਾ ਪਰਮੇਸ਼ੁਰ ਆ ਮੈਂ ਤੁਹਾਨੂੰ ਬਲ ਦੇਵਾਂਗਾ ਤੁਹਾਨੂੰ ਤਾਕਤ ਦੇਵਾਂਗਾ ਆਪਣੇ ਫਤਿਹਮੰਦ ਹੱਥਾਂ ਦੇ ਨਾਲ ਸੰਭਾਲ ਕੇ ਰੱਖਾਂਗਾ ਹਾਲੇਲੂਇਆ ਪ੍ਰੇਜ਼ ਦ ਲਾਰਡ ਗੋਡ ਤੁਹਾਨੂੰ ਬਲੈਸ ਕਰੇ